ਜਰਮਨੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਦੀ ਸੰਗੀਤ ਮੰਡਲੀ ਵਿੱਚਲਾ ਵਾਇਲਨ ਵਜਾਉਣ ਵਾਲਾ ਕਲਾਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਸੰਗੀਤਕਾਰ ਨੂੰ ਵਾਇਲਨ ਵਜਾਉਣ ਵਾਲੇ ਇੱਕ ਮਾਹਰ ਕਲਾਕਾਰ ਦੀ ਲੋੜ ਸੀ। ਉਹਨੇ ਆਪਣੇ ਸਕੱਤਰ ਨੂੰ ਪ੍ਰਬੰਧ ਕਰਨ ਲਈ ਕਿਹਾ। ਸਕੱਤਰ ਨੂੰ ਕਿਸੇ ਨੇ ਦੱਸ ਪਾਈ ਕਿ ਵਾਇਲਨ ਦਾ ਇੱਕ ਚੰਗਾ ਕਲਾਕਾਰ ਹੈ ਪਰ ਉਹ ਇੱਕ ਪਿੰਡ 'ਚ ਰਹਿੰਦਾ ਹੈ ਜੇ ਉਹਦੀ ਕਲਾ ਦੀ ਪਰਖ ਕਰਨ ਵਾਸਤੇ ਉਹਨੂੰ ਬੁਲਾਇਆ ਜਾਏ ਤਾਂ ਪਰਖੇ ਜਾਣ ਲਈ ਨਹੀਂ ਆਏਗਾ। ਉਸ ਕੋਲ ਜਾਣਾ ਪਵੇਗਾ। ਜੇ ਉਹ ਤੁਹਾਨੂੰ ਪਸੰਦ ਆ ਗਿਆ ਤਾਂ ਉਹ ਨੂੰ ਤੁਹਾਡੀ ਸੰਗੀਤ ਮੰਡਲੀ 'ਚ ਕੰਮ ਕਰਨ ਲਈ ਮੈਂ ਮਨਾ ਲਵਾਂਗਾ ਸੰਗੀਤਕਾਰ ਆਪਣੇ ਸਕੱਤਰ ਨਾਲ ਵਾਇਲਨ ਵਜਾਉਣ ਵਾਲੇ ਦੇ ਪਿੰਡ ਗਿਆ ਵਾਇਲਨ ਦਾ ਕਲਾਕਾਰ ਸਰਦੀਆਂ ਦੀ ਧੁੱਪ 'ਚ ਬੈਠਾ ਸੀ ਉਹਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਮਹਿਮਾਨਾਂ ਲਈ ਕੁਰਸੀਆਂ ਉਹ ਆਪ ਲੈ ਕੇ ਆਇਆ ਉਹਨੇ ਕਿਹਾ ਮੈਂ ਆਪ ਸਿਗਰਟ ਸਿਗਾਰ ਨਹੀਂ ਪੀਂਦਾ ਸੋਏ ਰੱਖੇ ਵੀ ਨਹੀਂ ਮਾਲਟੇ ਖਾਵਾਂਗੇ ਉਹ ਮਾਲਟੇ ਤੋੜ ਲਿਆ ਆ ਤੇ ਉਹਨੇ ਦਸਤਾਨੇ ਪਾ ਕੇ ਮਾਲਟੇ ਕੱਟੇ ਫਾੜੀਆਂ ਤੋਂ ਤਾਰਾਂ ਬੜੇ ਸਲੀਕੇ ਨਾਲ ਵੱਖ ਕੀਤੀਆਂ ਅੰਦਰੋਂ ਪਲੇਟਾਂ ਤੇ ਲੂਣ ਲੈ ਆਇਆ ਤਸ਼ਤਰੀ 'ਚ ਰੱਖ ਕੇ ਉਹਨੇ ਬੜੇ ਆਦਰ ਨਾਲ ਮਾਲਟੀ ਖਾਣ ਲਈ ਬੇਨਤੀ ਕੀਤੀ ਪਤਨੀ ਇੱਕ ਟ੍ਰੇ 'ਚ ਉਹਨਾਂ ਦੇ ਹੱਥ ਧੋਣ ਲਈ ਗਰਮ ਪਾਣੀ ਤੇ ਨਿੱਕੇ-ਨਿੱਕੇ ਤੌਲੀਏ ਲੈ ਕੇ ਆਈ ਮਹਿਮਾਨਾਂ ਨੇ ਬੜੇ ਪਿਆਰ ਨਾਲ ਮਾਲਟੀ ਖਾਧੀ ਪਤੀ ਪਤਨੀ ਦਾ ਸਲੀਕਾ ਮੋਹ ਲੈਣ ਵਾਲਾ ਸੀ ਉਹਨਾਂ ਦੇ ਘਰ ਦੀ ਹਰ ਚੀਜ਼ ਵਿੱਚੋਂ ਸੋਝ ਦੇਸਦਾ ਸੀ ਕਲਾ ਚਲਕਦੀ ਸੀ ਸੰਗੀਤਕਾਰ ਨੇ ਉਸ ਵਾਇਲਨ ਦੇ ਕਲਾਕਾਰ ਨੂੰ ਆਪਣੇ ਘਰ ਖਾਣੇ ਤੇ ਆਉਣ ਲਈ ਸੱਦਾ ਦਿੱਤਾ ਤੇ ਉਹ ਆਪਣੇ ਸਕੱਤਰ ਨਾਲ ਵਾਪਸ ਚੱਲ ਪਿਆ। ਸਕੱਤਰ ਨੇ ਕਿਹਾ ਜਿਹੜੇ ਕੰਮ ਆਏ ਸਾਂ ਉਹ ਤਾਂ ਕੀਤਾ ਹੀ ਨਹੀਂ, ਕੁਝ ਪੁੱਛਿਆ ਹੀ ਨਹੀਂ। ਸੰਗੀਤਕਾਰ ਨੇ ਕਿਹਾ ਕੁਝ ਪੁੱਛਣ ਜਾਣਨ ਦੀ ਲੋੜ ਨਹੀਂ। ਜਿਹੜਾ ਮਾਲਟੇ ਨੇ ਸਲੀਕੇ ਨਾਲ ਖਵਾਉਂਦਾ ਹੈ ਉਹ ਵਾਇਲਨ ਵੀ ਚੰਗੀ ਵਜਾਉਂਦਾ ਹੋਵੇਗਾ। ਮੇਰੇ ਵੱਲੋਂ ਉਹ ਨੂੰ ਪੂਰੀ ਨਿਮਰਤਾ ਨਾਲ ਬੇਨਤੀ ਕਰੋ ਉਹ ਭਾਵੇਂ ਮੇਰੀ ਸੰਗੀਤ ਮੰਡਲੀ ਦਾ ਮਾਲਕ ਬਣ ਜਾਏ। ਪਰ ਆ ਜਾਵੇ ਧੰਨਵਾਦ